ਸੇ ਤਾਂ ਕਹਿਮਾ ਬਹੁਤ ਟਾਈਮ ਬਾਅਦ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਤੁਹਾਡਾ ਗੇੜਾ ਲੱਗਾ ਹਾਂਜੀ ਬਿਲਕੁਲ ਜੀ ਆ ਥੋੜਾ ਕੋਵਿਡ ਕਰਕੇ ਉਦੋਂ ਫਿਰ ਬਾਹਰ ਸੀਗੇ ਇਸ ਕਰਕੇ ਹਾਂਜੀ ਅੱਛਾ ਪਾਜੀ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ 30 ਸਾਲ ਹੋ ਗਏ ਤੁਹਾਨੂੰ ਇੰਡਸਟਰੀ ਦੇ ਵਿੱਚ ਹਾਂਜੀ ਬਿਲਕੁਲ ਜੀ ਥੈਂਕ ਯੂ ਵੀ ਬਹੁਤ ਬਹੁਤ ਸ਼ੁਕਰੀਆ ਮਾਲਕ ਦੀ ਕਿਰਪਾ ਨਾਲ ਜੀ ਸਾਡੇ ਜਿਹੜੇ ਫੈਨਸ ਨੇ ਉਹਨਾਂ ਨੇ ਬਹੁਤ ਪਿਆਰ ਦਿੱਤਾ ਪਿਆਰ ਸਦਕਾ ਹੀ ਆ ਘੁਗਿਆਂ ਦੇ ਜੋੜੇ ਤੋਂ ਲੈ ਕੇ ਬੋਨ ਰੈਡੀ ਤੱਕ ਇਹ ਜਿਹੜਾ ਪਿਆਰ ਆ ਉਹਦੇ ਕਰਕੇ ਹੀ ਹੈ ਸਾਰਾ ਕੁਝ 30 ਸਾਲਾਂ ਦੇ ਵਿੱਚ ਨਾ ਮਿਊਜ਼ਿਕ ਬਹੁਤ ਜ਼ਿਆਦਾ ਚੇਂਜ ਹੋਇਆ ਜਿਹੜਾ ਪਹਿਲੇ ਦਾ ਮਿਊਜ਼ਿਕ ਸੀਗਾ ਜਿਹੜਾ ਹੁਣ ਦਾ ਮਿਊਜ਼ਿਕ ਹੈ ਹੈਨਾ ਲੋਕਾਂ ਦਾ ਟੇਸਟ ਹੈ ਲੋਕਾਂ ਦਾ ਨਜ਼ਰੀਆ ਇਹ ਸਾਰੀਆਂ ਚੀਜ਼ਾਂ ਬਦਲੀਆਂ ਨੇ ਉਸ ਨੂੰ ਜੈਜੀ ਵੀ ਕਿਸ ਤਰ੍ਹਾਂ ਦੇਖਦਾ ਹੈ ਆ ਦੇਖੋ ਮਿਊਜ਼ਿਕ ਜਿਹੜਾ ਇਹ ਕੁਦਰਤੀ ਗੱਲ ਹੈ ਫੈਸ਼ਨ ਮਿਊਜ਼ਿਕ ਰਹਿਣਾ ਸਹਿਣਾ ਕੁਦਰਤੀ ਬਦਲਦਾ ਹੀ ਆ ਬਦਲਣਾ ਚਾਹੀਦਾ ਵੀ ਆ ਜਿੱਦਾਂ ਵੀ ਪਹਿਲਾਂ ਸੀ ਬਿਨਾ ਵੀਡੀਓਸ ਤੋਂ ਗਾਣੇ ਚੱਲਦੇ ਸੀ ਠੀਕ ਆ ਨਾ ਫਿਰ ਵੀਡੀਓ ਦਾ ਯੁੱਗ ਆ ਗਿਆ ਹੁਣ ਆ ਸਪੋਟੀਫਾਈ ਵਾਲੇ ਤੁਸੀਂ ਦੇਖਦੇ ਹੋ ਇਹ ਮੁੜ ਕੇ ਉਹ ਯੁੱਗ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਆਰਟਿਸਟ ਨੂੰ ਵੀਡੀਓ ਬਣਾਉਣ ਦੀ ਲੋੜ ਨਾ ਪਵੇ ਕਿਉਂਕਿ ਗਾਣਾ ਸੁਣਿਆ ਜਾਂਦਾ ਦੇਖਿਆ ਦਾ ਥੋੜਾ ਜਿਹਾ ਬਾਅਦ ਚ ਆਦਤ ਪੈ ਗਈ ਵੀ ਦੇਖਣਾ ਗਾਣਾ ਹਨਾ ਸੋ ਇਹ ਇਹਨਾਂ ਦਾ ਬਹੁਤ ਵਧੀਆ ਜਰੀਆ ਵੀ ਜਿੱਦਾਂ ਪੁਰਾਣਾ ਗਾਣਾ ਸੁਣਿਆ ਜਾਂਦਾ ਸੀ ਹਨਾ ਗੱਡੀ ਚ ਲਾਉਨੇ ਆ ਤੁਸੀਂ ਜਿਹੜੇ ਜਿੱਦਾਂ ਜਿੱਥੇ ਮਰਜੀ ਆ ਪਾਰਟੀ ਤੇ ਆ ਸਪੋਟੀਫਾਈ ਲਾਓ ਤੇ ਆਰਾਮ ਨਾਲ ਇੰਜੋਏ ਕਰੋ ਸੋ ਬਹੁਤ ਵਧੀਆ ਗੱਲ ਹੈ ਜਿਹੜੇ ਹੁਣ ਸਟ੍ਰੀਮਸ ਹੈਗੀਆਂ ਆ ਆਡੀਓ ਸਟ੍ਰੀਮਸ ਆ ਸਪੋਟੀਫਾਈ ਦੀ ਆਪਾਂ ਗੱਲ ਕਰ ਰਹੇ ਅੱਜ ਉਹਨਾਂ ਦੇ ਇਵੈਂਟ ਤੇ ਵੀ ਆਏ ਆ ਤੁਹਾਨੂੰ ਲੱਗਦਾ ਕਿ ਇਸ ਨੇ ਆਰਟਿਸਟ ਦੀ ਰੀਚ ਨੂੰ ਹੋਰ ਪਹੁੰਚਾ ਦਿੱਤਾ ਹੈ ਨਾ ਆਰਟਿਸਟ ਨੂੰ ਹੁੰਦਾ ਹੈ ਕਿ ਯਾਰ ਹੁਣ ਵੀਡੀਓ ਕਰਨ ਦੀ ਲੋੜ ਨਹੀਂ ਆਡੀਓ ਮੈਨ ਹੈ ਤੇ ਆਡੀਓ ਲੋਕਾਂ ਤੱਕ ਜਾ ਰਹੀ ਹੈ ਬਿਲਕੁਲ ਆਡੀਓ ਦੀ ਕੁਆਲਿਟੀ ਹੋਰ ਆਊਗੀ ਕਿਉਂਕਿ ਕੁਦਰਤੀ ਗੱਲ ਹੈ ਜੇ ਇੰਡੀਪੈਂਡੈਂਟ ਆਰਟਿਸਟ ਹੈ ਉਹ ਵਿਚਾਰਾ ਉਹਨਾਂ ਕੀ ਹੁੰਦਾ ਉਹਨੇ ਪ੍ਰੋਗਰਾਮ ਲਾ ਕੇ ਆਪਣੀ ਐਲਬਮ ਲਈ ਜਾਂ ਆਪਣੇ ਗਾਣੇ ਲਈ ਪੈਸੇ ਸੇਵ ਕਰਨੇ ਆ ਫਿਰ ਉਹ 15 20 ਲੱਖ ਉਹਦੇ ਲਈ ਵੀਡੀਓ ਤੇ ਖਰਚਣਾ ਬਹੁਤ ਔਖਾ ਆਡੀਓ ਤੇ ਉਹ ਖਲਾ ਕੁਆਲਟੀ ਵੀ ਦੇਊਗਾ ਹਨਾ ਤੇ ਆਪ ਦੇਖ ਵੀ ਸਕਦਾ ਵੀ ਮੇਰੇ ਕਿੰਨੇ ਫੈਨ ਸੁਣ ਰਹੇ ਨੇ ਕਿੱਥੇ ਕਿੱਥੇ ਕਿੰਨੀ ਏਜ ਦੇ ਨੇ ਇਹ ਸਭ ਤੋਂ ਵਧੀਆ ਗੱਲ ਆ ਹਨਾ ਐਵਰੀ ਆਰਟਿਸਟ ਕੈਨ ਲੋਕੇਟ एवरीथिंग ਹਨਾ ਵੀ ਉਹਨਾਂ ਦੇ ਕਿਹੜੀ ਜਗ੍ਹਾ ਜਾਲੇ ਫੈਨਸ ਨੇ ਅੱਛਾ ਮੈਂ ਗੱਲ ਕਰ ਰਿਹਾ ਸੀਗਾ ਕਿ ਅੱਜ ਕੱਲ ਮਿਊਜ਼ਿਕ ਬਹੁਤ ਚੇਂਜ ਹੋਇਆ ਹੈ ਹਨਾ ਤੇ ਅੱਜ ਦੇ ਟਾਈਮ ਦੇ ਵਿੱਚ ਜੈਜ਼ੀਬੀ ਨੂੰ ਕੀ ਲੱਗਦਾ ਕਿ ਕਿਹੜਾ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡਾ ਸਟਾਰ ਹੈ ਪੰਜਾਬੀ ਇੰਡਸਟਰੀ ਦਾ ਇਹ ਦੇਖੋ ਸਾਰੇ ਵੱਡੇ ਸਟਾਰ ਨੇ ਪਰ ਮੇਰੇ ਹਿਸਾਬ ਨਾਲ ਸਿੱਧੂ ਮੂਸੇਵਾਲਾ ਹਨਾ ਉਹ ਮੁੰਡਾ ਅਮਰ ਹੋ ਗਿਆ ਹਣਾ ਉਹਨਾਂ ਦੇ ਜੋ ਗੀਤਾਂ ਦੇ ਵਿੱਚ ਲਿਖਿਆ ਕੁਦਰਤੀ ਗੱਲ ਹੈ ਮਾਲਕ ਦੀ ਕਿਰਪਾ ਨਾਲ ਕਹ ਲਓ ਕਿਉਂਕਿ ਉਹ ਜਿਹੜਾ ਘਾਟਾ ਇੰਡਸਟਰੀ ਨੂੰ ਦਾ ਪਿਆ ਪਿਆ ਪਰ ਉਹਦੇ ਮਾਂ ਪੇ ਨੂੰ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਹਣਾ ਕਿਉਂਕਿ ਉਹ ਕੱਲਾ ਕੱਲਾ ਪੁੱਤ ਜਾਣਾ ਲੇਕਿਨ ਉਹ ਮਰ ਕੇ ਅਮਰ ਹੋ ਗਿਆ ਮਰੀਆ ਨੇ ਉਹ ਹੈਨਾ ਸਭ ਤੋਂ ਜਿਆਦਾ ਹਾਈਸਟ ਸਪੋਟੀਫਾਈ ਤੇ ਦੇਖ ਲੋ ਜਾਂ ਕਿਸੇ ਕਿਸੇ ਪਲੇਟਫਾਰਮ ਤੇ ਦੇਖ ਲੋ ਉਹਨੂੰ ਸੁਣਿਆ ਜਾਂਦਾ ਇੱਕ ਸਭ ਤੋਂ ਬਧੀ ਬਧੀਆ ਗੱਲ ਮੇਰੇ ਮੈਨੂੰ ਉਹ ਲੱਗਦੀ ਸੀ ਉਹਦੀ ਦਸਤਾਰ ਸਜਾ ਕੇ ਪਾਗ ਸਜਾ ਕੇ ਹੈਨਾ ਉਹਦੇ ਨਾਲ ਕੀ ਹੈ ਜਿਹੜੇ ਬਾਹਲੇ ਮੁਲਕਾਂ ਦੇ ਵਿੱਚ ਬੁੱਲਿੰਗ ਬਹੁਤ ਹੁੰਦੀ ਆ ਕਈ ਨਿਆਣੇ ਆਪਣੇ ਵਾਲ ਕਟਾ ਦਿੰਦੇ ਨੇ ਮੈਨੂੰ ਸਕੂਲ ਦੇ ਵਿੱਚ ਧਮਕੀਆਂ ਮਿਲਦੀਆਂ ਡਰਦੇ ਉਹਨਾਂ ਦਾ ਕੰਫੀਡੈਂਸ ਬਿਲਟ ਹੋਇਆ ਵੀ ਨਹੀਂ ਯਾਰ ਜੇ ਉਹ ਕਰ ਸਕਦਾ ਅਸੀਂ ਵੀ ਇਦਾਂ ਰਹਿਣਾ ਸੋ ਸਭ ਤੋਂ ਬਾਤ ਹੈ ਵੀ ਆ ਵੀ ਆਲ ਮਿਸ ਹਮ ਕਦੇ ਤੁਸੀਂ ਤੁਹਾਡੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀ ਕਦੇ ਗੱਲਬਾਤ ਹੋਈ ਸੀ ਕਦੇ ਗੱਲ ਕੀਤੀ ਸੀਗੀ ਕਿ ਆਪਾਂ ਇਕੱਠੇ ਕੰਮ ਕਰਾਂਗੇ ਕੋਲਾਬ ਕਰਾਂਗੇ ਮੇਰਾ ਭਾਂਟਜਾ ਚਮਕੌਰ ਸਿੰਘ ਉਹ ਬਹੁਤ ক্লোਜ਼ ਸੀਗਾ ਉਹਦੇ ਉਹਨੇ ਕਈ ਵਾਰਾਂ ਕੀਤਾ ਕੁਦਰਤੀ ਕਿ ਟਾਈਮ ਨਹੀਂ ਮਿਲਿਆ ਮੈਂ ਸਿਰਫ ਉਹਦੇ ਨਾਲ ਇੱਕ ਵਾਰੀ ਜਿਮ 'ਚ ਮਿਲਿਆ ਸੀ ਤੇ ਅਮਨ ਹੇਰ ਉਹਨਾਂ ਦਾ ਟੂਰ ਚੱਲਦਾ ਸੀ ਆਪਣੇ ਯੂਰਪ ਦੇ ਵਿੱਚ ਉਹਨੇ ਮੇਰੀ ਵੀਡੀਓ ਕਾਲ ਤੇ ਗੱਲ ਕਰਾਈ ਕਹਿੰਦਾ ਭਾਈ ਉਹ ਵੀ ਯਾਰ ਜੋ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ ਪਤਾ ਹੀ ਆ ਕਹਿੰਦਾ ਵੀ ਤੁਹਾਡੇ ਨਾਲ ਵੀ ਇਦਾਂ ਹੁੰਦੀ ਮੈਂ ਕਿਹਾ ਇਹ ਚੜ੍ਹਾਈ ਦੀ ਨਿਸ਼ਾਨੀ ਆ ਹਨਾ ਜੇ ਲੋਕੀ ਤੇਰੇ ਬਾਰੇ ਗੱਲਾਂ ਕਰਦੇ ਆ ਇਹਦਾ ਮਤਲਬ ਤੂੰ ਹਿੱਟ ਆ ਜਾਂ ਫਿਰ ਵਹੀਮੀਆਂ ਬਾਈ ਨੇ ਵੈਗਸ ਦੇ ਵਿੱਚ ਇੱਕ ਵਾਰੀ ਵੀਡੀਓ ਗੱਲ ਕਰਾਈ ਸੀ ਕੁਦਰਤੀ ਜਵੇ ਨਹੀਂ ਇਹ ਹੋਣਾ ਸੀ ਲੇਕਿਨ ਬਹੁਤ ਮਿਸ ਕਰਦੇ ਹੁਣ ਸੀ ਕਿਤਨੇ ਕਿਤੇ ਤੁਹਾਨੂੰ ਵੀ ਇਦਾਂ ਲੱਗਦਾ ਕਿ ਸਿੱਧੂ ਦੇ ਜਾਣ ਤੋਂ ਬਾਅਦ ਹੀ ਲੋਕਾਂ ਨੂੰ ਉਹਨਾਂ ਦੇ ਗਾਣੇ ਸਮਝ ਆਣੇ ਸ਼ੁਰੂ ਹੋਏ ਆ ਕੁਦਰਤੀ ਗੱਲ ਹੈ ਇਹ ਇਹ ਜਿਹੜੀ ਦੁਨੀਆ ਨਾ ਇਹ ਸਮਝਦੀ ਨਹੀਂ ਗੱਲ ਜਦ ਕੁਦਰਤੀ ਗੱਲ ਆਪਾਂ ਗਰੰਟੀਡ ਲੈ ਜਾਂਦੇ ਮੈਂ ਤਾਂ ਕਈ ਵਾਰ ਕਹਿੰਦਾ ਹਾਂ ਨਾ ਸਟੇਜ ਉੱਤੇ ਵੀ ਜਿਹੜਾ ਆਪਣੇ ਮਾਪੇ ਨੂੰ ਵੀ ਇਹਨੂੰ ਤੁਸੀਂ ਕੱਲ ਤੇ ਨਾ ਛੱਡਿਆ ਕਰੋ ਕੱਲ ਨੂੰ ਮੰਮੀ ਨੂੰ ਮਿਲ ਲਾਂਗੇ ਡੈਡੀ ਨੂੰ ਕੱਲ ਨੂੰ ਮਿਲ ਲਾਂਗੇ that tomorrow might never come ਠੀਕ ਹੈ ਨਾ ਉਹ ਮੁੰਡੇਦੋਂ ਉਦੋਂ ਬਹੁਤ ਉਹਦੇ ਉਲਟ ਵੀ ਬੋਲੇ ਖਿਲਾਫ ਵੀ ਬੋਲੇ ਲੇਕਿਨ ਉਹ ਜੋ ਲਿਖ ਗਿਆ ਉਹ ਉਹਦੇ ਅੰਦਰ ਕੀ ਚੱਲਦਾ ਸੀ ਉਹ ਜੋ ਗੱਲਾਂ ਲਿਖੀਆਂ ਉਹੀ ਹੋਈਆਂ ਨੇ ਹੈ ਨਾ ਸੋ ਇਟਸ ਬਿਗ ਥਿੰਗ अच्छा अपा जी ਤੁਹਾਡਾ ਨਾ ਗਾਣਾ ਸੀਗਾ ਜਿੰਨੇ ਵਿੱਚ ਬੱਲੀਏ ਤੂੰ ਸਾਰੀ ਸੱਜਦੀ ਓਨੇ ਚ ਮਿੱਤਰਾਂ ਦੇ ਬੂਟ ਆਉਂਦੇ ਆ ਹੈਨਾ ਅੱਜ ਕੱਲ ਮੇਕਅਪ ਬਹੁਤ ਮਹਿੰਗਾ ਹੋ ਗਿਆ ਹੈ ਹੁਣ ਤੁਸੀਂ ਵੀ ਮੰਨਦੇ ਹੋ ਕਿ ਹੁਣ ਜਿੰਨੇ ਤੇ ਸਾਰੀ ਸੱਚਦੀਆਂ ਮੇਰੇ ਇੰਨੇ ਦੇ ਬੂਟ ਹੈ ਨਹੀਂਗੇ ਹੁਣ ਨਹੀਂ ਨਾ ਬੂਟ ਵੀ ਬਹੁਤ ਮਹਿੰਗੇ ਹੋ ਗਏ ਬਾਈ ਜੇ ਮੇਕਅਪ ਮਹਿੰਗਾ ਹੋਇਆ ਨਾ ਸਾਰੀਆਂ ਪ੍ਰਾਈਸਾਂ ਚੱਕੀਆਂ ਗਈਆਂ ਬੂਟ ਵੀ ਜੇ ਅੱਗੇ 500 ਦੇ ਆਉਂਦੇ ਸੀ ਨਾ ਹੁਣ ਉਹ 2000 ਦੇ ਆਉਂਦੇ ਆ ਅੱਛਾ ਪਾਜੀ ਹੁਣ ਤੱਕ ਸਭ ਤੋਂ ਮਹਿੰਗਾ ਬੂਟ ਕਿਹੜਾ ਪਾਇਆ ਕਿੰਨੇ ਦਾ ਪਾਇਆ ਤੁਸੀਂ ਨਹੀਂ ਚਲੋ ਇਹ ਕਾਹਨੂੰ ਐਵੇਂ ਹੈ ਅੱਗੇ ਇਨਕਮ ਟੈਕਸ ਵਾਲ